ਇਮਾਨਦਾਰ ਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਸਰਦਾਰ ਤੀਰਾ ਸਿੰਘ ਪਟਵਾਰੀ ਜੀ। ਤੀਰਾ ਸਿੰਘ ਪਟਵਾਰੀ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸਰਦਾਰ ਤੀਰਾ ਸਿੰਘ ਪਟਵਾਰੀ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 7 ਜੁਲਾਈ ਦਿਨ ਐਤਵਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪੱਟੀ ਰੋਡ ਪਖੀਵਿੰਡ ਵਿਖੇ ਪਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਤੀਰਾ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰ ਹਰਪ੍ਰਤਾਪ ਸਿੰਘ ਪੁੱਤਰ, ਸਰਦਾਰ ਰਾਜਾ ਪ੍ਰਤਾਪ ਸਿੰਘ ਪੁੱਤਰ, ਸ਼੍ਰੀਮਤੀ ਸੁਰਿੰਦਰ ਕੌਰ ਸੱਸ, ਸ਼੍ਰੀਮਤੀ ਪਰਮਜੀਤ ਕੌਰ ਪਤਨੀ, ਸ਼੍ਰੀਮਤੀ ਗੁਰਬਚਨ ਕੌਰ ਮਾਤਾ ਜੀ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਬਾਰ ਨਾਨਕ ਬਿਨ ਹਾਜੇ ਕੋ ਕਾਮ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਆਸਰਾ ਲੈਂਦੇ ਹੋਇਆ ਪਿੱਛੋਂ ਸਾਰੇ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਦਾਤੇ ਦੀ ਬਾਣੀ ਦਾ ਜਾਪ ਕਰਵਾਇਆ। ਅਨਪੜ੍ਹ ਸਾਹਿਬ ਜੀ ਦੇ ਭੋਗ ਪਏ ਨੇ, ਸਾਹਿਬ ਦੇ ਦਰਬਾਰ ਦੀ ਖੁੱਲ੍ਹੇ ਦੀਵਾਨ ਵਿੱਚ ਬੈਠ ਕੇ ਆਪਾਂ ਹਾਜ਼ਰੀ ਭਰ ਰਹੇ ਹਾਂ। ਇੱਥੋਂ ਦਾ ਹਜ਼ੂਰੀ ਰਾਗੀ ਜਥਾ ਵੀਰ ਰੁਪਿੰਦਰ ਸਿੰਘ, ਉਹ ਆਪਾਂ ਨੂੰ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਵਾ ਕੇ ਗਏ ਨੇ। ਸੋ ਮੇਰੇ ਕੁਦਰਤ ਦਾ ਇੱਕ ਦਸਤੂਰ ਆ, ਜ਼ਿੰਦਗੀ ਦੇ ਨਾਲ ਹੀ ਪਹੁੰਚ ਗਿਆ। ਜਦੋਂ ਬੰਦਾ ਇਸ ਮਾਤ ਲੋਕ ਤੇ ਆਉਂਦਾ, ਨਾਲ ਹੀ ਉਹਦੀ ਮੌਤ ਵੀ ਨਿਯਤ ਕਰ ਦਿੱਤੀ ਜਾਂਦੀ ਹੈ। ਜਦੋਂ ਤੱਕ ਮੇਰਾ ਸਾਹਿਬ ਕੀ ਰਸਮ ਹੋਣਾ ਦੇ ਨਾਲ ਬਾਹਰ ਆ ਰਿਹਾ, ਉਹ ਇੱਕ ਬਹੁਤ ਹੀ ਮਲਾਪੜੇ ਤੇ ਖੁਸ਼ ਮਿਜਾਜ ਇਨਸਾਨ ਸਨ। ਕਦੀ ਵੀ ਮੈਂ ਤੇ ਜਿਹੜਾ ਇੱਧਰ 6-7 ਸਾਲ ਮੈਨੂੰ ਇਕੱਠਿਆਂ ਨੂੰ ਸਾਨੂੰ ਹੋ ਗਏ ਆ, ਮੈਂ ਕਦੀ ਕਿਸੇ ਦੇ ਨਾਲ ਉਹਨਾਂ ਨੂੰ ਉੱਚੀ ਬੋਲਦੇ ਨਹੀਂ ਸੁਣਿਆ। ਇਹ ਹੀ ਉਹਨਾਂ ਨੂੰ ਵੇਖ ਕੇ ਹਰ ਕੋਈ ਬੰਦਾ ਉਮੀਦ ਰੱਖਦਾ ਸੀ, ਔਰ ਬੰਦੇ ਵਧੀਆ ਵਰਤਣ ਵਾਲੇ ਔਰ ਨਿਗਰ ਸੀ, ਕਹਿਣੀ ਅਤੇ ਕੱਤਨੀ 'ਚ ਪੂਰੇ ਰਹਿਣ ਵਾਲੇ ਇਨਸਾਨ ਸੀ। ਪਰ ਇਨਸਾਨ ਦਾ ਚਲੇ ਜਾਣਾ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪੈਂਦਾ, ਪਰ ਮੌਤ ਗਿਆਨੀ ਜੀ ਨੇ ਦੱਸਿਆ ਕਿ ਧੀਰਾ ਸਿੰਘ ਜੀ ਪਟਵਾਰੀ ਸਾਹਿਬ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਸੁਦੀਪ ਛੋੜਾ ਦੇ ਗਏ ਹਨ, ਉਹਨਾਂ ਦੀ ਅੰਤਮ ਅਰਦਾਸ ਹੋਈ ਤੇ ਉਹਨੂੰ ਸ਼ਰਧਾ ਦੇ ਭੁੱਲ ਭੇਟ ਕਰਨ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਸਰਦਾਰ ਧੀਰਾ ਸਿੰਘ ਜੀ ਜਿਸ ਤਰ੍ਹਾਂ ਸਾਡੇ ਪ੍ਰਧਾਨ ਸਾਹਿਬ ਦੱਸ ਗਏ ਨੇ, ਸਾਡੇ ਮਹਿਕਮੇ ਵਿੱਚ ਇੱਕ ਉਹਨਾਂ ਦੀ ਵੱਖਰੀ ਪਛਾਣ ਸੀ। ਜਿੱਥੇ ਵੀ ਸਾਡੀ ਕਿਸੇ ਮੀਟਿੰਗ ਹੁੰਦੀ ਸੀਗੀ ਅਫਸਰ ਨਾਲ, ਜਾਂ ਕੋਈ ਵੀ ਸਾਡਾ ਧਰਨਾ ਮਜ਼ਾਰਾ ਲੱਗਦਾ ਸੀ, ਇਹਨਾਂ ਦਾ ਟੋਪ ਅਤੇ ਇਹਨਾਂ ਦੀ ਜਿਹੜੀ ਪਰਸਨੈਲਿਟੀ ਆ ਉਸ ਤੋਂ ਸਾਰੇ ਪ੍ਰਭਾਵਿਤ ਹੁੰਦੇ ਆ। ਅਤੇ ਕਈ ਸਾਡੇ ਸਾਥੀਆਂ ਨੂੰ ਜਿਸ ਤਰ੍ਹਾਂ ਦੱਸ ਕੇ ਨੇ ਵੀ ਇਹ ਕਹਿੰਦੇ ਨੇ ਵੀ ਇਹ ਪੁਲਿਸ ਵਾਲਾ ਵਿੱਚ ਆਪਣੇ ਆ ਕੇ ਕਿਵੇਂ ਬੈਠ ਗਿਆ, ਕਿਉਂਕਿ ਜ਼ਿਆਦਾਤਰ ਖਾਕੇ ਪਾਕੇ ਅਤੇ ਲਾਲ ਪਿਓ ਵੀ ਬੰਨ ਹੁੰਦੇ ਸੀ, ਕਈਆਂ ਨੂੰ ਵੀ ਭਰੇਖਾ ਪੈਂਦਾ ਸੀ। ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਪਟਵਾਰੀ ਸਾਹਿਬਾਨ ਨੇ ਅਤੇ ਆਪਣੀ ਜਿਹੜੀ ਉਹ ਵੱਖਰੀ ਪਛਾਣ ਆ ਗਏ ਨੇ। ਇਹ ਦੋ ਦੋ ਬੂਟੇ ਜ਼ਰੂਰ ਲਾ ਲਿਓ, ਕਿਉਂਕਿ ਚੰਗੇ ਸੱਜਣ ਦੀ ਬੜੀ ਯਾਦ ਰਹਿੰਦੀ ਜਦੋਂ ਆਪਾਂ ਬਾਹਰ ਨਿਕਲਦੇ। ਕਹਿੰਦੇ ਕਿ ਮੇਰੇ ਘਰ ਗੇੜਾ ਲੱਗਾ ਧਰਨਾ ਲੱਗੇ ਖਾ ਦੂੰਗਾ, ਮੈਂ ਹਰ ਸਾਲ 5-7 ਬੂਟੇ ਵੈਸੇ ਵੀ ਲਾ ਦਿੰਦਾ, ਪਰ ਜਿੱਥੇ ਮੇਰੀ ਨੇੜਤਾ ਹੋਵੇ ਮੈਂ ਜ਼ਰੂਰ ਲਾਉਂਦਾ। ਇਸ ਕਰਕੇ ਇਹ ਬੜਾ ਜ਼ਰੂਰੀ ਜ਼ਿੰਦਗੀ 'ਚ, ਇਹ ਵੀ ਜ਼ਿੰਦਗੀ ਦਾ ਇੱਕ ਪਾਰਟ ਹੈ, ਜ਼ਿੰਦਗੀ ਦਾ ਹਿੱਸਾ ਹੈ, ਕਿਉਂਕਿ ਆਪਾਂ ਸੱਜਣਾਂ 'ਚ ਬਹਿੰਦੇ ਹਾਂ, ਸਾਰੇ ਵਿਆਹਾਂ ਸ਼ਾਦੀਆਂ 'ਚ ਜਾਂਦੇ ਹਾਂ, ਉੱਥੇ ਜਾ ਕੇ ਆਪਾਂ ਚੰਗੇ ਸੱਜਣ ਦੀਆਂ ਸਿਫਤਾਂ ਕਰਦੇ ਹਾਂ। ਅੱਜ ਆਪਾਂ ਭੁੱਲ ਕੇ ਆਏ, ਅੱਜ ਆਪਣੇ 'ਚੋਂ ਨਹੀਂ ਹੈਗਾ, ਪਰ ਜਦੋਂ ਕਿਤੇ ਆਪਾਂ ਗੱਡੀ ਲੈ ਕੇ ਜਾਂ ਮੋਟਰਸਾਈਕਲ ਲੈ ਕੇ ਨਿਕਲਾਂਗੇ, ਆਪਾਂ ਨੂੰ ਦੱਸੂਗਾ ਜ਼ਰੂਰ, ਆਪਣੇ ਦਿਮਾਗ 'ਚ ਜ਼ਰੂਰ ਆ ਜਾਊਗਾ ਕਿ ਆ ਆ ਸਾਡੇ ਸੱਜਣ ਦੀ ਯਾਦ। ਕਿਉਂਕਿ ਮੈਂ ਵੇਖਿਆ ਮੇਰਾ ਡੈਡੀ ਬੋਰਡ ਥੱਲੇ ਬੈਠਾ ਹੋਇਆ, ਜਦੋਂ ਮੈਂ ਤਿਆਰ ਹੋ ਗਿਆ ਉਹਨੇ ਥਾਪੀ ਦੇਣੀ, ਉਹਨੇ ਪੁੱਤਾਂ ਉਹਦੀ ਪਰਵਾਹ ਨਾ ਕਰ, ਮੈਂ ਬੈਠਾ ਬੋਰਡ ਥੱਲੇ, ਹੁਣ ਥਾਪੀ ਦੇਣ ਵਾਲਾ ਕੋਈ ਨਹੀਂ ਕਰ, ਹੁਣ ਆਪਣੇ ਆਪ ਤੁਰਨਾ ਕਰ। ਇਸ ਕਰਕੇ ਭਰਾਓ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਕਈ ਚੀਜ਼ਾਂ ਯਾਦ ਰੱਖਣੀਆਂ ਬੜੀਆਂ ਜ਼ਰੂਰੀ ਹਨ, ਜੋ ਅੱਜ ਘਾਟ ਇਸ ਪਰਿਵਾਰ ਨੂੰ ਪਈ ਹੈ ਮੈਂ ਦਿਲੋਂ ਮਹਿਸੂਸ ਕਰਦਾ। ਮੈਂ
ਸਰਦਾਰ ਰਾਜੇਸ਼ ਪ੍ਰਤਾਪ ਸਿੰਘ ਜੀ ਕਹਿਰੋਂ ਵੱਲੋਂ, ਬੀਬਾ ਪ੍ਰਨੀਤ ਕੌਰ ਜੀ ਕਹਿਰੋਂ ਵੱਲੋਂ, ਸਮੂਹ ਕਹਿਰੋਂ ਪਰਿਵਾਰ ਵੱਲੋਂ ਸਾਡੇ ਵੱਡੇ ਵੀ ਸਰਦਾਰ ਧੀਰਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਮੈਂ ਗੁਰੂ ਮਹਾਰਾਜ ਚਰਨਾਂ 'ਚ ਬੇਨਤੀ ਕਰਦਾ ਕਿ ਸਾਡੀ ਭੈਣ ਨੂੰ, ਸਾਡੇ ਭਤੀਜਿਆਂ ਨੂੰ, ਸਾਰੇ ਅੱਗੀਆਂ ਸੰਗੀਆਂ ਨੂੰ ਭਾਣਾ ਮੰਦਾ ਬਲ ਬਖਸ਼ੇ, ਉਹਨਾਂ ਨੂੰ ਗੁਰੂ ਮਹਾਰਾਜ ਚਰਨਾਂ 'ਚ ਮਾਸ ਬਖਸ਼ੇ। ਇੰਨੀਆਂ ਗੱਲਾਂ ਕਿਹਦਾ ਸਮਾਂ ਜਾਚਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਰਿਵਾਰ ਵੱਲੋਂ ਬੇਨਤੀ ਹੈ, ਜਿੰਨੇ ਵੀ ਆਪ ਜੀ ਰਿਸ਼ਤੇਦਾਰ
ਭੈਣਾਂ ਵੀਰ ਸੱਜਣ ਮਿੱਤਰ ਸੰਗਤ ਰੂਪ ਵਿੱਚ ਇੱਥੇ ਪਹੁੰਚ ਰਹੇ ਹੋ। ਸਭ ਤੋਂ ਪਹਿਲਾਂ ਬਾਹਰ ਠੰਡਾ ਜਲ ਵੀ ਲੱਗਾ ਹੈ, ਚਾਹ ਵੀ ਪਿਆਈ ਜਾ ਰਹੀ ਹੈ। ਆਪ ਜੀ ਜਲ ਪਾਣੀ ਛੱਕ ਕੇ ਇਸੇ ਤਰ੍ਹਾਂ ਆਦਰ ਸਨਮਾਨ ਨਾਲ ਬੈਠਦੇ ਜਾਓ। ਇਹ ਸਾਰਾ ਸਮਾਗਮ 11 ਕੁ ਵਜੇ ਆਰੰਭ ਹੋ ਕੇ 1 ਵਜੇ ਤੱਕ ਇਹਦੀ ਸੰਪੂਰਨ ਸਮਾਪਤੀ ਹੋ ਜਾਣੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸੇ ਸੱਚ ਮੇਰਾ।
जीवन का तू जो जीवी
ਕੋਈ
ਸੀਗੇ
ਸਤਿ ਸ਼੍ਰੀ ਅਕਾਲ ਦੋਸਤਾਂ।
ਸਭ ਸਰਨ ਤੁਮਾਰੇ ਸਭ ਚਿੰਤ ਤੁਰ ਪਾਸੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਉਹ ਆਸਰਾ ਲੈਂਦੇ ਹੋਇਆ
ਸਾਰੇ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਦਾਦੇ ਦੀ ਬਾਣੀ ਦਾ ਜਾਪ ਕਰਵਾਇਆ। ਅਨਪੜ੍ਹ ਸਾਹਿਬ ਜੀ ਦੇ ਭੋਗ ਪਏ ਨੇ, ਸਾਹਿਬ ਦੇ ਦਰਬਾਰ ਦੀ ਖੁੱਲ੍ਹੇ ਦੀਵਾਨ ਵਿੱਚ ਬੈਠ ਕੇ ਆਪਾਂ ਹਾਜ਼ਰੀ ਭਰ ਰਹੇ ਹਾਂ। ਇੱਥੋਂ ਦਾ ਹਜ਼ੂਰੀ ਰਾਗੀ ਜਥਾ ਵੀਰ ਰੁਪਿੰਦਰ ਸਿੰਘ, ਉਹ ਆਪਾਂ ਨੂੰ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਵਾ ਕੇ ਗਏ ਨੇ। ਸੋ ਮੇਰੇ ਮਹਾਰਾਜ ਸਾਹਿਬ ਨੇ ਜਿਹੜਾ ਹੁਕਮਨਾਮਾ ਸਾਹਿਬ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬੋਲ, ਉਹ ਹੁਕਮਨਾਮਾ ਸਾਹਿਬ ਆਪਾਂ ਨੇ ਸਰਵਣ ਕਰ ਲਿਆ ਹੈ। ਮੈਂ 2 ਮਿੰਟ ਤੁਹਾਡੇ ਨਾਲ ਗੁਰਮਤਿ ਦਾ ਪੱਖ ਪੇਸ਼ ਕਰਕੇ ਫਿਰ ਸਟੇਜ ਤੋਂ ਅਗਲਾ ਪ੍ਰੋਗਰਾਮ ਦੱਸਾਂਗਾ। ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਇਸ ਘੜੀ ਦੇ ਵਾਸਤੇ, ਸਦਾ ਹੀ ਵਾਪਰਨਾ ਸਾਡੇ ਸਾਰਿਆਂ ਦੇ ਨਾਲ ਹੈ। ਮੌਤ ਨੂੰ ਇੱਕ ਭੇਦ ਵਿੱਚ ਰੱਖਿਆ ਹੈ ਵਾਹਿਗੁਰੂ ਜੀ ਨੇ, ਤਾਂ ਹੀ ਬਾਬਾ ਫਰੀਦ ਸਾਹਿਬ ਜੀ ਆਪਣੇ ਬੋਲਾਂ 'ਚ ਬੜੇ ਸੁਖੈਣ ਸ਼ਬਦਾਂ ਵਿੱਚ ਸਾਨੂੰ ਕਹਿੰਦੇ ਨੇ ਕਿ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਹੋਏ। ਅਚਨ ਚੇਤ ਵਾਪਰਦੀ ਹੈ ਜਦੋਂ ਘਟਨਾ ਤੇ ਦੁੱਖ ਬੜਾ ਹੁੰਦਾ ਹੈ, ਜਿੰਨਾ ਜਿੰਨਾ ਸਾਡਾ ਮੋਹ ਪਿਆਰ ਹੁੰਦਾ ਹੈ ਜਾਣ ਵਾਲੇ ਨਾਲ ਲਗਾਉ ਹੁੰਦਾ ਹੈ, ਉਹਨਾਂ ਉਹਨਾਂ ਹੀ ਇੱਥੇ ਬੈਠਿਆਂ ਨੂੰ ਤੁਹਾਡੇ ਵਿੱਚੋਂ ਦੁੱਖ ਹੋ ਰਿਹਾ ਹੋਵੇਗਾ, ਭਾਵੇਂ ਕਿ ਉਹ ਪਰਿਵਾਰਕ ਮੈਂਬਰ ਨੇ ਜਾਂ ਨਜ਼ਦੀਕ ਸੱਜਣ ਮਿੱਤਰ ਨੇ। ਪਰ ਸੱਚ ਇਹ ਹੈ ਕਿ ਗੁਰਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ ਵੀ ਆਪਾਂ ਤਿਆਰੀ ਨਹੀਂ ਕਰਦੇ। ਜਿੰਨੀ ਇੱਛਾ ਅਸੀਂ ਜਿਉਣ ਦੀ ਰੱਖਦੇ ਹਾਂ ਓਨੀ ਇੱਛਾ ਸਾਨੂੰ ਇਸ ਘੜੀ ਦੀ ਉਡੀਕਦੀ ਨਹੀਂ ਹੁੰਦੀ ਚੱਲਦੇ ਸਵਾਸਾਂ ਵਿੱਚ। ਹਰ ਬੰਦਾ ਇੱਥੇ ਜਿਉਣਾ ਚਾਹੁੰਦਾ ਹੈ, ਮਰਨ ਵਾਸਤੇ ਕੋਈ ਤਿਆਰ ਨਹੀਂ ਹੈ। ਇਹ ਇੱਕ ਬੜਾ ਵੱਡਾ ਭਰਮ ਹੈ। ਬਾਬਾ ਜੀ ਬਾਣੀ ਜਾਗਦੇ ਨੇ ਕਿ ਹਰ ਬੰਦੇ ਨੇ ਭੁਲੇਖਾ ਮਨ 'ਚ ਪਾ ਲਿਆ ਹੈ ਵੀ ਮੈਂ ਥੋੜ੍ਹਾ ਮਰਨਾ ਹੈ, ਮੇਰੇ ਲਾਗਲੇ ਨਹੀਂ ਮਰਨਾ ਹੈ, ਮੈਂ ਨਾ ਮਰੂੰ ਮਰਬੋ ਸੰਸਾਰਾ, ਕਿ ਮੈਂ ਨਹੀਂ ਮਰਨਾ ਸੰਸਾਰ ਸਾਰਾ ਮਰ ਜਾਣਾ ਹੈ। ਪਰ ਜਦੋਂ ਇਸ ਤਰ੍ਹਾਂ ਆਪਾਂ ਮੌਤ ਦੀ ਗੱਲ ਸੁਣਦੇ ਹਾਂ ਤੇ ਫਿਰ ਭਗਤ ਸਾਹਿਬ ਜੀ ਕਹਿੰਦੇ ਨੇ ਤਰਾਹ ਤਰਾਹ ਕਰ ਉੱਠਦੀ ਹੈ ਦੁਨੀਆ, ਘਬਰਾਹਟ ਪੈਦਾ ਹੁੰਦੀ ਹੈ ਵੀ ਮਰ ਜਾਵਾਂਗੇ ਚਲੇ ਜਾਵਾਂਗੇ। ਪਰ ਹਜ਼ੂਰ ਆਖਦੇ ਨੇ ਵੀ ਜੇ ਬਾਣੀ ਨਾਲ ਜੁੜ ਜਾਈਏ, ਗੁਰੂ ਦੇ ਬਚਨਾਂ ਨਾਲ ਧਾਰਨੀ ਬਣ ਜਾਈਏ, ਸਤਿਗੁਰ ਦੇ ਚਰਨੀ ਲੱਗ ਜਾਈਏ, ਤੇ ਜਿਹੜੀ ਮੌਤ ਤੋਂ ਦੁਨੀਆ ਤਰਾਹ ਤਰਾਹ ਕਰਦੀ ਹੈ ਨਾ ਸੱਜਣਾ, ਉਹ ਮੌਤ ਦਾ ਡਰ ਭੈ ਮਨ ਵਿੱਚੋਂ ਲੈ ਜਾਂਦਾ ਹੈ। ਜੇ ਮਰਨੇ ਸਭ ਜਗਤ ਤਰਾਸਿਆ, ਕਹਿਣ ਲੱਗੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਜਦੋਂ ਗੁਰੂ ਦਾ ਸ਼ਬਦ ਜੀਵਨ ਵਿੱਚ ਪ੍ਰਗਾਸ ਕਰਦਾ ਹੈ ਨਾ ਚੇਤੇ ਰੱਖਿਓ, ਉਦੋਂ ਪੰਥ ਖਾਲਸੇ ਵਿੱਚ ਹੋਏ ਨੇ ਜਿਨ੍ਹਾਂ ਨੇ ਮੌਤ ਨੂੰ ਵੀ ਰੋਕ ਲਿਆ ਜੀ। ਇਹ ਹੈ ਬਾਣੀ ਦੀ ਸ਼ਕਤੀ, ਇਹ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਲ। ਬਾਬਾ ਦੀਪ ਸਿੰਘ ਨੇ ਮੌਤ ਨੂੰ ਰੋਕ ਲਿਆ, ਮੌਤ ਉਹਨਾਂ ਤੇ ਜਿੱਤ ਨਾ ਪ੍ਰਾਪਤ ਕਰ ਸਕੀ, ਤੇ ਇੱਕ ਸੌਣ ਨੂੰ ਇਸੇ ਜੁਲਾਈ ਮਹੀਨੇ ਦੇ ਵਿੱਚ ਸਾਡੇ ਬਿਲਕੁਲ ਭਿੱਖੀ ਵਿੰਡ ਪਿੰਡ ਦੇ ਪਰਛਾਵਿਆਂ ਦੇ ਨਜ਼ਦੀਕ ਇਤਿਹਾਸਕ ਸਥਾਨ ਹੈ ਬਾਬਾ। ਸਾਰਿਆਂ ਨੂੰ ਚਾਹੀਦਾ ਹੈ ਇੱਥੇ ਹਾਜ਼ਰੀ ਭਰਦਿਆਂ ਭਰਦਿਆਂ ਕਿ ਆਪਾਂ ਸੁਭਾਅ ਬਣਾਈਏ, ਰੁਝਾਨ ਬਣਾਈਏ ਗੁਰਦੁਆਰੇ ਆਉਣ ਦਾ, ਬਾਣੀ ਦਾ ਪਾਠ ਜਿਹੜੇ ਤੁਹਾਡੇ ਵਿੱਚੋਂ ਕਰ ਸਕਦੇ ਨੇ ਕਰਿਆ ਕਰੋ। ਸਹਿਜ ਪਾਠ ਬਾਣੀ ਦਾ ਕੋਈ ਵੀ ਪਾਠ ਨਿਤਨੇਮ ਫਿਰ ਸੁਣਿਆ ਕਰੋ ਬਾਣੀ ਘਰਾਂ ਦੇ ਵਿੱਚ, ਘਰ ਦਾ ਮਾਹੌਲ ਗੁਰਬਾਣੀ ਵਾਲਾ ਬਣਾ ਕੇ ਰੱਖੋ ਤਾਂ ਕਿ ਸਾਡੇ ਜਿਹੜੇ ਇਹ ਦੁੱਖ ਨੇ ਇਹਨਾਂ ਦਾ ਡਰ ਭੈ
ਸਾਡੇ ਮਨ ਵਿੱਚੋਂ ਲੈ ਸਕੇ। ਸਭ ਤੋਂ ਵੱਡਾ ਦੁੱਖ ਹੈ ਬੰਦੇ ਨੂੰ ਮੌਤ ਦਾ, ਤੇ ਜਦੋਂ ਬਾਣੀ ਨਾਲ ਪਿਆਰ ਪੈਂਦਾ ਹੈ ਫਿਰ ਮੌਤ ਦਾ ਡਰ ਭਏ ਮਨਾਂ ਵਿੱਚੋਂ ਲੈ ਜਾਂਦਾ ਹੈ। ਸਹਿਬ ਦੇ ਬੋਲ ਨੇ, ਸੋ ਕਹੋ ਟਲ ਗੁਰ ਸੇਵੀ ਹੈ ਐਨ ਸਹਿਜ ਸੁਭਾਏ, ਅਗਲੀ ਪੰਕਤੀ ਹੈ ਦਰਸ਼ਨ ਪਰਸਿਆ। ਗੁਰ ਪ੍ਰਤਾਪ ਸਿੰਘ ਜੀ ਜੋ ਪਟਵਾਰੀ ਦੀ ਸੇਵਾ ਨਿਭਾ ਰਹੇ ਨੇ ਤੇ ਛੋਟੇ ਰਾਜਾ ਪ੍ਰਤਾਪ ਸਿੰਘ ਜੀ ਅਤੇ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਹਾਜ਼ਰ ਹੈ, ਸੋ ਅਸੀਂ ਹਾਜ਼ਰੀ ਪਾਉਂਦੇ ਹਾਂ ਇੱਥੇ ਸਮੇਂ ਨਾਲ ਹੀ। ਪਿੰਡ ਸੁਰ ਸਿੰਘ ਤੋਂ ਸਾਬਕਾ ਐਸਜੀਪੀਸੀ ਮੈਂਬਰ ਸਰਦਾਰ ਹਰਦਿਆਲ ਸਿੰਘ ਉਹ ਪਹੁੰਚੇ ਨੇ, ਉਹਨਾਂ ਦੀ ਵੀ ਹਾਜ਼ਰੀ ਹੈ ਗੁਰੂ ਚਰਨਾਂ ਵਿੱਚ। ਤੇ ਮੈਂ ਸਿੰਘ ਜੀ ਨੰਬਰਦਾਰ ਤੇ ਉਹਨਾਂ ਦੇ ਛੋਟੇ ਵੀਰ ਬੋੜ ਸਿੰਘ ਜੀ ਸਰਪੰਚ, ਜਿਨ੍ਹਾਂ ਨੇ ਲਗਾਤਾਰ ਜਿਸ ਦਿਨ ਦੀ ਇਹ ਘਟਨਾ ਵਾਪਰੀ ਹੈ ਪਰਿਵਾਰ ਦੇ ਨਾਲ ਬਿਲਕੁਲ ਪੂਰਾ ਪੂਰਾ ਸਹਿਯੋਗ ਦਿੱਤਾ ਹੈ, ਸਾਰਾ ਪ੍ਰਬੰਧ ਕਰਵਾਇਆ ਹੈ। ਸਾਡੇ ਬਲੇਰ ਨਗਰ ਤੋਂ ਹੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੰਤਰੀ ਸਾਹਿਬ, ਉਹਨਾਂ ਦੇ ਸਾਬਕਾ ਸਕੱਤਰ ਮੇਰੇ ਵੀਰ ਸਰਦਾਰ ਗੁਰਮੁਖ ਸਿੰਘ ਜੀ ਭੁੱਲਾ ਪਹੁੰਚੇ ਹੋਏ ਨੇ, ਮੈਂ ਉਹਨਾਂ ਨੂੰ ਵੀ ਜੀ ਹੋਇਆ ਕਹਿਣਾ। ਸੋ ਸੰਗਤ ਜੀ, ਜ਼ਿਆਦਾ ਸਮਾਂ ਨਹੀਂ ਆਪਾਂ ਤੁਹਾਡਾ ਲਵਾਂਗੇ, ਗਰਮੀ ਹੈ, ਸੋ ਕੜਾਹ ਪ੍ਰਸ਼ਾਦ ਦੀ ਦੇਗ ਬਾਅਦ ਵਿੱਚ ਹੀ ਵਰਤਾਈ ਜਾਣੀ ਹੈ। ਮੈਂ ਹੁਣ ਰੁਟੀਨ ਨਾਲ ਟਰਨ ਬਾਈ ਟਰਨ ਨਾਮ ਬੋਲਾਂਗਾ, ਕੁਝ ਬੋਲਣ ਵਾਲੇ ਸੱਜਣ ਨੇ ਤੇ ਕਈਆਂ ਦੀ ਆਪਾਂ ਹਾਜ਼ਰੀ ਇੱਥੇ ਲਵਾਵਾਂਗੇ ਸਮੇਂ ਦੀ ਘਾਟ ਹੋਣ ਕਾਰਨ। ਸੋ ਆਪ ਸਾਰਿਆਂ ਨੇ ਸਭ ਤੋਂ ਪਹਿਲਾਂ ਸਰਦਾਰ ਜਸਵੀਰ ਸਿੰਘ ਜੀ ਪੰਨੂ ਤਹਿਸੀਲਦਾਰ ਪ੍ਰਧਾਨ ਪੱਟੀ, ਉਹ ਆ ਕੇ ਆਪ ਸੰਗਤਾਂ ਦੇ ਨਾਲ ਸਰਦਾਰ ਟੱਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਸਜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਦਾ ਇੱਕ ਦਸਤੂਰ ਆ, ਜ਼ਿੰਦਗੀ ਦੇ ਨਾਲ ਹੀ ਮੌਤ ਆ। ਜਦੋਂ ਬੰਦਾ ਇਸ ਮਾਤ ਲੋਕ ਤੇ ਆਉਂਦਾ ਨਾਲ ਹੀ ਉਹਦੀ ਮੌਤ ਵੀ ਨਿਹਿਤ ਕਰ ਦਿੱਤੀ ਜਾਂਦੀ ਹੈ। ਇਹ ਕੁਦਰਤ ਦੀ ਸੱਚਾਈ ਆ। ਦੁਨੀਆ ਦੇ ਇਸ ਮਾਤ ਲੋਕ ਤੇ ਕੋਈ ਵੀ ਚੀਜ਼ ਜਿਹੜੀ ਇੱਥੇ ਪਹੁੰਚੀ ਆ ਉਹ ਨਾਸ਼ਵਾਨ ਹੈ। ਸਾਡੇ ਮੇਰੇ ਵੱਡੇ ਵੀਰ ਸਰਦਾਰ ਧੀਰਾ ਸਿੰਘ ਜੀ ਪਿੱਛੇ ਜੇ ਕੁਝ ਸੰਪੇਗ ਦੀ ਬਿਮਾਰੀ ਦੇ ਬਾਅਦ ਪਰਿਵਾਰ ਨੂੰ ਵਿਛੋੜਾ ਦੇ ਗਏ ਨੇ। ਉਹਨਾਂ ਦੇ ਜਾਣ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਤੇ ਘਾਟਾ ਪਿਆ ਹੀ ਸੀ, ਸਾਡੇ ਡਿਪਾਰਟਮੈਂਟ ਨੂੰ ਵੀ ਉਹਨਾਂ ਦੀ ਕਾਫੀ ਘਾਟ ਪਈ ਆ। ਜਦੋਂ ਤੱਕ ਮੇਰਾ ਸਾਹਿਬ ਧੀਰਾ ਸਿੰਘ ਹੁਣਾਂ ਦੇ ਨਾਲ ਬਾਹਰ ਆ ਉਹ ਇੱਕ ਬਹੁਤ ਹੀ ਮਲਾਪੜੇ ਤੇ ਖੁਸ਼ ਮਿਜਾਜ ਇਨਸਾਨ ਸਨ। ਕਦੀ ਵੀ ਮੈਂ ਤੇ ਜਿੰਨਾ ਚਿਰ 6-7 ਸਾਲ ਮੈਨੂੰ ਇਕੱਠਿਆਂ ਨੂੰ ਸਾਨੂੰ ਹੋ ਗਏ ਆ, ਮੈਂ ਕਦੀ ਕਿਸੇ ਦੇ ਨਾਲ ਉਹਨਾਂ ਨੂੰ ਉੱਚੀ ਬੋਲਦੇ ਨਹੀਂ ਸੁਣਿਆ। ਇਹ ਹੀ ਉਹਨਾਂ ਨੂੰ ਵੇਖ ਕੇ ਹਰ ਕੋਈ ਬੰਦਾ ਉਮੀਦ ਰੱਖਦਾ ਸੀ ਔਰ ਬੰਦੇ ਵਧੀਆ ਵਰਤਣ ਵਾਲੇ ਔਰ ਨਿਗਰ ਸੀ, ਕਹਿਣੀ ਤੇ ਕੱਤੀ 'ਚ ਪੂਰੇ ਰਹਿਣ ਵਾਲੇ ਇਨਸਾਨ ਸੀ। ਪਰ ਇਨਸਾਨ ਦਾ ਚਲੇ ਜਾਣਾ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪੈਂਦਾ, ਪਰ ਮੌਤ ਗਿਆਨੀ ਜੀ ਨੇ ਦੱਸਿਆ ਕਿ ਧੀਰਾ ਸਿੰਘ ਜੀ ਪਟਵਾਰੀ ਸਾਹਿਬ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਸੁਦੀਵੀ ਛੋੜਾ ਦੇ ਗਏ ਹਨ, ਉਹਨਾਂ ਦੀ ਅੰਤਮ ਅਰਦਾਸ ਹੋਈ ਫਿਰ ਉਹਨੂੰ ਸ਼ਰਧਾ ਦੇ ਭੇਟ ਕਰਨ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ।
ਸਰਦਾਰ ਧੀਰਾ ਸਿੰਘ ਜੀ ਜਿਸ ਤਰ੍ਹਾਂ ਸਾਡੇ ਪ੍ਰਧਾਨ ਸਾਹਿਬ ਦੱਸ ਗਏ ਨੇ ਸਾਡੇ ਮਹਿਕਮੇ ਵਿੱਚ ਇੱਕ ਉਹਨਾਂ ਦੀ ਵੱਖਰੀ ਪਛਾਣ ਸੀ। ਜਿੱਥੇ ਵੀ ਸਾਡੀ ਕਿਸੇ ਮੀਟਿੰਗ ਹੁੰਦੀ ਸੀਗੀ ਅਫਸਰ ਨਾਲ ਜਾਂ ਕੋਈ ਵੀ ਸਾਡਾ ਧਰਨਾ ਮੁਜ਼ਾਹਰਾ ਲੱਗਦਾ ਸੀ, ਇਹਨਾਂ ਦਾ ਟੋਪ ਆ ਅਤੇ ਇਹਨਾਂ ਜਿਹੜੀ ਪਰਸਨੈਲਿਟੀ ਆ ਉਸ ਤੋਂ ਸਾਰੇ ਪ੍ਰਭਾਵਿਤ ਹੁੰਦੇ ਆ। ਅਤੇ ਕਈ ਸਾਡੇ ਸਾਥੀਆਂ ਨੂੰ ਜਿਸ ਤਰ੍ਹਾਂ ਦੱਸ ਕੇ ਨੇ ਵੀ ਇਹ ਕਹਿੰਦੇ ਹੈ ਕਿ ਇਹ ਪੁਲਿਸ ਵਾਲਾ ਵਿੱਚ ਆਪਣੇ ਲਾ ਕੇ ਕੋਈ ਬੈਠ ਗਿਆ ਕਿਉਂਕਿ ਜ਼ਿਆਦਾਤਰ ਖਾਕੇ ਪਾ ਕੇ ਅਤੇ ਲਾਲ ਕੇ ਉੱਥੇ ਬੰਨ ਜਾਂਦੇ ਸੀ, ਕਈਆਂ ਨੂੰ ਵੀ ਭਰੇਖਾ ਪੈਂਦਾ ਸੀ। ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਸਾਡੇ ਮੁਰਾਰੀ ਸਾਹਿਬਾਨ ਨੇ ਅਤੇ ਆਪਣੀ ਜਿਹੜੀ ਉਹ ਵੱਖਰੀ ਪਛਾਣ ਆ ਗਏ ਨੇ। ਬਹੁਤ ਹੀ ਵਧੀਆ ਪਰਿਵਾਰ ਸੀ ਇਹਨਾਂ ਦਾ, ਗੁਰਪ੍ਰਤਾਪ ਸਿੰਘ ਜੀ, ਰਾਜਾ ਪ੍ਰਤਾਪ ਸਿੰਘ ਜੀ ਇੱਕ ਜੋ ਇਹਨਾਂ ਆਪਣੇ ਬੇਟੇ ਗੋਦ ਲਈ ਸੀ, ਉਹਨਾਂ ਨੂੰ ਵੀ ਪੜ੍ਹਾਇਆ ਲਿਖਾਇਆ, ਸ਼ਾਦੀ ਦਾ ਸਾਡਾ ਪ੍ਰੋਗਰਾਮ ਸਾਰਾ ਇਹਨਾਂ ਆਪਣੇ ਸਿਰ ਚੁੱਕਿਆ। ਪਹਿਲਾਂ ਹੀ ਇਸ ਪਰਿਵਾਰ ਨੂੰ ਬੜੀ ਘਾਟ ਸੀ ਕਿਉਂਕਿ ਦੋ ਇਹਨਾਂ ਦੇ ਭਰਾ ਜਿਹੜੇ ਉਹ ਪਹਿਲਾਂ ਹੀ ਗੁਰੂ ਚਰਨਾਂ ਵਿੱਚ ਜਾ ਰਹੇ ਹਨ। ਸਭ ਤੋਂ ਜ਼ਿਆਦਾ ਦੁੱਖ ਜਿਹੜਾ ਉਹ ਮਾਤਾ ਜੀ ਨੂੰ ਆ ਕਿਉਂਕਿ ਮਾਤਾ ਜੀ ਦੇ ਸਾਹਮਣੇ ਦੋ ਮਈ ਤੋਂ ਦੋ ਪੁੱਤ ਪਹਿਲਾਂ ਚਲੇ ਗਏ, ਤੀਸਰੇ ਹੁਣ ਚਲੇ ਗਏ। ਵੱਡਿਆਂ ਦੇ ਨਾਤਾਂ 'ਤੇ ਬੈਠਿਆਂ ਜਦੋਂ ਕਿਸੇ ਬੱਚੇ ਦੀ ਅੱਤੀ ਜਾਂਦੀ ਆ ਉਸ ਮਾਤਾ ਨੂੰ ਪਤਾ ਹੁੰਦਾ। ਸੋ ਬਹੁਤ ਦੁੱਖ ਹੋਇਆ, ਬਹੁਤ ਘਾਟ ਆਈ ਆ ਪਰਿਵਾਰ ਨੂੰ। ਜਿੱਥੇ ਪਰਿਵਾਰ ਨੂੰ ਘਾਟ ਆਈ ਆ ਉੱਥੇ ਸਾਡੇ ਮਹਿਕਮੇ ਨੂੰ ਬਹੁਤ ਜ਼ਿਆਦਾ ਘਾਟ ਆਈ ਆ ਕਿਉਂਕਿ ਜਿਹੜੇ ਸਾਡੇ ਨਵੇਂ ਪਟਵਾਰੀ ਸਾਥੀ ਸੀ ਇਹ ਹੁਣ ਦੋ ਕੁ ਸਾਲ ਪਹਿਲਾਂ ਰਿਟਾਇਰ ਹੋ ਗਏ, ਇਹਨਾਂ ਤੋਂ ਪੁੱਛ ਤੋ ਆਪਣੀਆਂ ਜਿਹੜੀਆਂ ਸੇਵਾਵਾਂ ਲੰਘਾਉਂਦੇ ਸੀ ਵੀ ਚਲੋ ਹੁਣ ਫਰੀ ਨੇ ਵਿਹਲੇ ਨੇ, ਇਹਨਾਂ ਤੋਂ ਕੰਮ ਵੀ ਕਰਾ ਲੈਂਦੇ ਸੀ, ਇਹਨਾਂ ਤੋਂ ਜਾਣਕਾਰੀ ਲੈ ਲੈਂਦੇ ਸੀ। ਸੋ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਡੇ ਡਿਪਾਰਟਮੈਂਟ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ। ਵੱਖੋ ਵੱਖ ਸਰਕਲਾਂ 'ਚ ਇਹਨਾਂ ਆਪਣੀਆਂ ਸੇਵਾਵਾਂ ਨਿਭਾਈਆਂ ਨੇ। ਸੁਰ ਸਿੰਘ ਰਹਿਣ ਜ਼ਿਆਦਾ ਚਿਰ ਅਲਗੋਂ ਕਾਲੇ ਕੇ ਗਜਲ ਇਹਨਾਂ ਚੋਂ ਪੰਜਾਂ ਸਰਕਲਾਂ ਜਿਹੜੀਆਂ ਇਹਨਾਂ ਆਪਣੀਆਂ ਉਹ ਸੇਵਾਵਾਂ ਨੇ, ਇਹਨਾਂ ਆਪਣੀਆਂ ਬੇਦਾਗ ਨਿਭਾ ਕੇ ਰਹਿਰ ਹੋ ਚੁੱਕੇ ਸੀ। ਹੁਣ ਪਰਿਵਾਰ ਸਾਰਾ ਸੁਖੀ ਸੀ, ਸੁੱਖ ਇੱਕ ਦਾ ਟਾਈਮ ਸੀ ਪਰ ਕੋਈ ਜੀਉ ਆਇਆ। ਸੁਖਵਿੰਦਰ ਸਿੰਘ ਪਟਵਾਰੀ ਸਾਹਿਬ ਆਏ ਨੇ, ਉਹਨਾਂ ਦਾ ਵੀ ਧੰਨਵਾਦ। ਜੀਉ ਆਇਆ ਗੁਰਸੇਵ ਸਿੰਘ ਪਟਵਾਰੀ ਆਏ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਇਹ ਸਾਰਾ ਪ੍ਰੋਗਰਾਮ ਜਿਹੜਾ ਪ੍ਰਬੰਧ ਹੈ ਇਹ ਰਾਜਨ ਪੱਤਰਕਾਰ ਜਗਦੰਬਾ ਪੈਲਸ ਵਾਲਿਆਂ ਨੇ ਕੀਤਾ ਹੈ, ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਆਏ ਨੇ, ਜਸਵਿੰਦਰ ਸਿੰਘ ਕਾਨਗੋ ਦਿਆਲਪੁਰਾ ਜੀ ਆਏ ਨੇ, ਉਹਨਾਂ ਦਾ ਵੀ ਜੀਉ ਆਇਆ ਧੰਨਵਾਦ। ਤਰਲੋਚਨ ਸਿੰਘ ਕਾਨਗੋ ਭਿੱਖੀਵਿੰਡ ਤੋਂ ਆਏ ਨੇ, ਉਹਨਾਂ ਦਾ ਧੰਨਵਾਦ ਹੈ। ਸੋ ਅਖੀਰ ਵਿੱਚ ਸਾਡੇ ਇਸ ਸਾਰੇ ਪ੍ਰੋਗਰਾਮ ਦੇ ਮੁੱਖ ਬੁਲਾਰੇ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਦਾ ਲਗਭਗ ਸਾਰੇ ਮਹਿਕਮਿਆਂ ਦੇ ਵਿੱਚ ਬੜਾ ਮਾਣ ਸਨਮਾਨ ਹੈ, ਬਹੁਤ ਕੰਮ ਕਰਦੇ ਨੇ ਲੋਕਾਂ ਦੇ, ਮੇਰੇ ਨਗਰ ਦੇ ਵੀਰ ਗੁਰਮੁਖ ਸਿੰਘ ਜੀ ਭੁੱਲਾ, ਸਿਆਸੀ ਸਕੱਤਰ ਮੰਤਰੀ ਸਰਦਾਰ ਹਰਦੇਸ਼ ਪ੍ਰਤਾਪ ਸਿੰਘ ਕੈਰੋਂ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਤੁਹਾਡੇ ਨਾਲ ਪਟਵਾਰੀ ਸਾਹਿਬ ਦੇ ਬਾਰੇ